ਕੁਝ ਤੁਹਾਡੇ ਸਵਾਲ ਨੇ ਉਹਨਾਂ ਦੇ ਜਵਾਬ ਹੈ ਸਰ ਪੋਲੀਟੀਕਲ ਸਾਇੰਸ ਸੋਸ਼ੀਓਲੋਜੀ ਸੀ ਗ੍ਰੈਜੂਏਸ਼ਨ ਚ ਐਡੀਸ਼ਨਲ ਦੇਣ ਦੀ ਜ਼ਰੂਰਤ ਹੈ ਕਿਉਂਕਿ ਦੋ ਸੋਸ਼ਲ ਸਾਇੰਸ ਤੁਸੀਂ ਪੜੀਆਂ ਹੋਈਆਂ ਐ ਗ੍ਰੈਜੂਏਸ਼ਨ ਚ दैट इज व्हाई ਜ਼ਰੂਰਤ ਨਹੀਂ ਹੈ ਜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਅਧਿਆਪਕ ਲੱਗਣਾ ਚਾਹੁੰਦੇ ਹੋ ਉਸ ਦੇ ਸਕੂਲ ਵਿੱਚ ਲੱਗਣਾ ਚਾਹੁੰਦੇ ਹੋ ਜੇਕਰ ਅ ਸੈਂਟਰਲ ਗਵਰਨਮੈਂਟ ਦੇ ਵਿੱਚ ਲੱਗਣਾ ਚਾਹੁੰਦੇ ਹੋ ਸੀਟੈਟ ਕਰਕੇ ਕੇਂਦਰੀ ਵਿਦਿਆਲੇ ਵਿੱਚ ਨਵੋਦਯ ਵਿਦਿਆਲੇ ਵਿੱਚ ਫਿਰ ਹਿਸਟਰੀ ਜਾਂ ਜੀਓਗ੍ਰਾਫੀ ਚੋਂ ਇੱਕ ਪੜਿਆ ਹੋਣਾ ਜ਼ਰੂਰੀ ਹੈ ਇੱਥੇ ਤੁਸੀਂ ਉਹ ਨਹੀਂ ਪੜਿਆ ਇਟ ਮੀਨਸ ਤੁਸੀਂ ਪੰਜਾਬ ਵਿੱਚ ਐਲੀਜੀਬਲ ਹੋ ਲੇਟੈਸਟ ਜੋ ਨੋਰਮਸ ਸੀ ਚੇਂਜ ਹੋ ਜਾਂਦੇ ਆ ਵੱਖਰੀ ਗੱਲ ਹੈ ਸੋ ਸੈਂਟਰ ਵਿੱਚ ਜਾਣ ਲਈ ਤੁਹਾਨੂੰ ਅ ਐਡੀਸ਼ਨਲ ਪੇਪਰ ਹਿਸਟਰੀ ਜਾਂ ਜੀਓਗ੍ਰਾਫੀ ਦਾ ਦੇਣਾ ਪੈਗਾ ਪੰਜਾਬ ਚ ਨਹੀਂ ਦੇਣਾ ਪੈਗਾ ਸਰ ਜੀ ਪੰਜਾਬ ਪੰਜਾਬੀ ਟੀਚਰ ਲਈ एलिजिबल ਬਣਨਾ ਹੈ ਤਾਂ ਐਸਐਸਟੀ ਦਾ ਪੀਐਸਟੈਟ ਕਲੀਅਰ ਕਰਨਾ ਹੋਵੇਗਾ ਇਹ ਗੱਲ ਪਹਿਲਾਂ ਵੀ ਦੱਸੀ ਹੋਈ ਹੈ ਕਿ पीएस स्टेट ਵਿੱਚ ਪਹਿਲਾ ਸੀਡੀਪੀ ਹੈ ਦੂਸਰਾ ਦੋ ਲੈਂਗੁਏਜ ਹਨ ਲੈਂਗੁਏਜ ਵਿੱਚ ਨੰਬਰ 1 ਤੇ ਪੰਜਾਬੀ ਔਰ ਦੂਸਰੇ ਤੇ ਇੰਗਲਿਸ਼ ਹੈ ਸੋ ਪੰਜਾਬੀ ਤੇ ਇੰਗਲਿਸ਼ ਸਾਰਿਆਂ ਲਈ ਕੰਪਲਸਰੀ ਹੈ ਉਸ ਲਈ ਕੋਈ ਵੀ ਐਡੀਸ਼ਨਲ ਸਟਰੀਮ ਚੂਜ਼ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਕਿਸੇ ਵੀ ਸਟਰੀਮ ਵਿੱਚ ਕਰਦੇ ਹੋ ਫਾਰ ਇਗਜ਼ਾਮਪਲ ਐਸਐਸਟੀ ਚ ਕਰਦੇ ਹੋ ਫਿਜ਼ੀਕਲ ਐਜੂਕੇਸ਼ਨ ਚ ਕਰਦੇ ਹੋ ਮਿਊਜ਼ਿਕ ਚ ਕਰਦੇ ਹੋ ਤੇ ਨਾਲ ਤੁਸੀਂ ਇਲੈਕਟਿਵ ਪੰਜਾਬੀ ਪੜ੍ਹੀ ਹੋਈ ਹੈ ਤਾਂ ਤੁਸੀਂ ਤੁਹਾਨੂੰ ਕੋਈ ਵੀ ਪੀਐਸਟੈਟ ਵਿੱਚ ਐਡੀਸ਼ਨਲ ਦੇਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਲੈਂਗੁਏਜ ਲਈ ਐਲੀਜੀਬਲ ਬਣਦੇ ਹੋ ਇਸੇ ਤਰ੍ਹਾਂ ਇੰਗਲਿਸ਼ ਲਈ ਵੀ ਐਲੀਜੀਬਲ ਤੁਸੀਂ ਬਣਦੇ ਹੋ ਸੋ ਤੁਸੀਂ ਐਲੀਜੀਬਲ ਕੁਝ ਨਹੀਂ ਹੈ ਜਿਹੜੀ ਵੀ ਦੂਸਰਾ ਤੁਹਾਡਾ ਸਬਜੈਕਟ ਹੈ ਜੇ ਸੋਸ਼ਲ ਸਾਇੰਸ ਬੰਦਾ ਹੈ ਜਿਵੇਂ ਇਹਨਾਂ ਦਾ ਸੋਸ਼ਲ ਸਾਇੰਸ ਬੰਦਾ ਹੈ ਨਾਲ ਇਹਨਾਂ ਨੇ ਪੰਜਾਬੀ ਪੜ੍ਹੀ ਹੈ ਤਾਂ ਅ ਤੁਸੀਂ ਐਸਐਸਟੀ ਲੈ ਕੇ ਉਹਦੇ ਲਈ ਐਲੀਜੀਬਲ ਬਣ ਜਾਓਗੇ ਸੋ ਮੇਨ ਸਟ੍ਰੀਮ ਤੁਸੀਂ ਸੋਸ਼ਲ ਸਾਇੰਸ ਹਿਊਮਨਿਟिज ਜਾਂ ਸਾਇੰਸ ਚੋਂ ਮੈਥਸ ਚੋਂ ਫਿਜ਼ੀਕਲ ਐਜੂਕੇਸ਼ਨ ਚੋਂ 뮤ਜ਼ਿਕ ਚੋਂ ਇਹਨਾਂ ਚੋ ਦੇਖਣੀ ਹੈ ਲੈਂਗੁਏਜ ਸਿਰਫ ਉਰਦੂ ਤੇ ਸੰਸਕ੍ਰਿਤ ਵਾਲਿਆਂ ਨੇ ਦੇਖਣੀ ਹੈ আচ্ছা ਸਰ ਮੇਰੇ ਮੈਥਮੈਟਿਕਸ ਤੇ ਇਕਨੋਮਿਕਸ ਸਬਜੈਕਟ ਕਿ ਗ੍ਰੈਜੂਏਸ਼ਨ ਵਿੱਚ ਤੇ ਨਾਓ ਬੀਐਡ ਵਿੱਚ ਵੀ ਮੈਥ ਤੇ ਇਕਨੋਮਿਕਸ ਹੈ ਸੋ ਮੈਥ ਇਕਨੋਮਿਕਸ ਪੜਿਆ ਹੈ ਮੈਥ ਇਕਨੋਮਿਕਸ ਸੋ ਮੈਂ ਮੈਥ ਤੇ ਸਾਇੰਸ ਚੂਜ਼ ਕਰਾਂਗੀ ਦੇਖੋ ਹਰ ਹਾਲਤ ਵਿੱਚ ਤੁਹਾਨੂੰ ਮੈਥ ਕਿਉਂਕਿ ਤੁਹਾਡਾ ਮੇਨ ਸਬਜੈਕਟ ਬੰਦਾ ਹੈ ਇਕਨੋਮਿਕਸ ਲਈ ਤੁਹਾਨੂੰ ਪੀਐਸਟੈਟ ਦੀ ਜ਼ਰੂਰਤ ਨਹੀਂ ਹੈ ਸੋਸ਼ਲ ਸਾਇੰਸ ਲਈ ਪੀਐਸਟੈਟ ਦੀ ਜ਼ਰੂਰਤ ਸੀ ਸੋਸ਼ਲ ਸਾਇੰਸ ਤੁਸੀਂ ਨਹੀਂ ਪੜੀ ਸੋਸ਼ਲ ਸਾਇੰਸ ਦੇ ਜੇ ਟੀਚਰ ਬਣਨਾ ਚਾਹੁੰਦੇ ਹੋ ਉਸ ਦਾ ਐਡੀਸ਼ਨਲ ਪੇਪਰ ਇੱਕ ਪੋਲਿਟੀਕਲ ਸਾਇੰਸ ਵਗੈਰਾ ਦਾ ਦੇ ਕੇ ਫਿਰ ਤੁਸੀਂ ਸੋਸ਼ਲ ਸਾਇੰਸ ਦੀ ਸਟਰੀਮ ਲੈ ਸਕਦੇ ਹੋ ਕਿਉਂਕਿ 60 ਕੁਐਸਚਨ ਤੁਹਾਡੇ ਸੋਸ਼ਲ ਸਾਇੰਸ ਦੇ ਪੁੱਛੇ ਜਾਣੇ ਹਨ 60 ਕੁਐਸਚਨ ਉਹਨਾਂ ਦੇ ਵਿੱਚੋਂ 10 ਜਾਂ 15 ਪੈਡਾਗੋਜੀ ਦੇ ਹੁੰਦੇ ਆ ਇਹ ਪਹਿਲਾਂ ਦੱਸ ਚੁੱਕੇ ਆ ਪਰ ਜੇ ਤੁਸੀਂ ਮੈਥ ਤੇ ਫੋਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿ ਮੈਥ ਤੇ ਸਾਇੰਸ ਲਓਗੇ ਹਾਂ ਤੁਹਾਨੂੰ ਪ੍ਰੋਬਲਮ ਕਿੱਥੇ ਆਏਗੀ ਕਿ ਸਾਇੰਸ ਜੋ ਤੁਸੀਂ ਨਹੀਂ ਪੜੀ ਹੋਈ ਉਸ ਦੇ ਲਗਭਗ 20-22 ਕੁਐਸਚਨ ਤੁਹਾਨੂੰ ਕੰਪਲੀਟ ਕਰਨੇ ਪੈਣਗੇ ਸੋ ਜੇ ਕਿਸੇ ਨਾਲ ਵੀ ਕਰ ਸਕਦੇ ਹੋ ਇਹਦੇ ਵਿੱਚ ਕੋਈ ਇਸਮੱਸਿਆ ਨਹੀਂ ਹੈ ਹਾਂ ਕੋਰਸ ਚ ਜਿਹੜੇ ਕੇਸ ਜਾ ਰਹੇ ਨੇ 뮤זיਕ ਦੀਆਂ ਅਪਾਇੰਟਮੈਂਟਸ ਹੋਈਆਂ ਆ ਪਿੱਛੇ ਔਰ ਫਿਜ਼ੀਕਲ ਐਜੂਕੇਸ਼ਨ ਦਾ ਕੋਸਟ ਜੋ ਪੋਸਟਾਂ ਜੋ 168 ਰਿਜੈਕਟ ਹੋਈਆਂ ਉਹਦੀ ਗੱਲ ਮੈਂ ਪਿੱਛੇ ਕਰਕੇ ਆਇਆ ਹਾਂ ਉਹਦੇ ਬੇਸ ਤੇ ਸ਼ਾਇਦ ਇਹ ਡਿਸੀਜਨ ਹੋ ਜਾਏਗਾ ਕਿ ਉਸ ਸਪੈਸੀਫਿਕ ਸਬਜੈਕਟ ਦਾ ਪੀਐਸਟੈਟ ਜ਼ਰੂਰੀ ਹੋਏਗਾ ਲੇਕਿਨ ਹਜੇ ਤੱਕ ਕੋਈ ਕਲੈਰਿਟੀ ਨਹੀਂ ਹੈ ਕਿਉਂਕਿ 뮤זיਕ ਵਾਲਿਆਂ ਨੂੰ ਜੁਆਇਨ ਬਿਨਾ ਮਿਊਜ਼ਿਕ ਦੇ ਪੀਐਸਟੈਟ ਤੋਂ ਕਰਵਾਇਆ ਗਿਆ ਹੈ ਹਾਂ ਪਰ ਉਦੋਂ ਤੱਕ ਪੀਐਸਟੈਟ ਹੁੰਦਾ ਵੀ ਨਹੀਂ ਸੀ ਅ ਸਰ ਜੀ ਕੰਪਿਊਟਰ ਸਾਇੰਸ ਵਾਲਿਆਂ ਨੂੰ ਕੀ ਕਰਨਾ ਪਊਗਾ ਕੰਪਿਊਟਰ ਸਾਇੰਸ ਵਾਲੇ ਸੋਸ਼ਲ ਸਾਇੰਸ ਵਿੱਚ ਜਾ ਸਕਦੇ ਨੇ ਦੂਸਰਾ ਤੁਹਾਡਾ ਸਬਜੈਕਟ ਕਿਹੜਾ ਹੈ ਉਹ ਨਾਲ ਦੱਸਣਾ ਜ਼ਰੂਰੀ ਹੈ ਇਕੱਲਾ ਕੰਪਿਊਟਰ ਸਾਇੰਸ ਦੱਸ ਕੇ ਤੁਸੀਂ ਸਹੀ ਗਾਈਡੈਂਸ ਨਹੀਂ ਲੈ ਸਕਦੇ ਸੋ ਦੂਸਰਾ ਸਬਜੈਕਟ ਜ਼ਰੂਰ ਦੱਸੋ ਹੋ ਸਕਦਾ ਹੈ ਉਹਦਾ ਕੰਬੀਨੇਸ਼ਨ ਜਾਂ ਉਹਦੀ ਨੇਚਰ ਜ਼ਿਆਦਾ ਸੋਸ਼ਲ ਸਾਇੰਸ ਵੱਲ ਜਾਂਦੀ ਹੋਵੇ ਕੰਪਿਊਟਰ ਸਾਇੰਸ ਇੰਡੀਪੈਂਡੈਂਟ ਹੈ ਵੈਸੇ ਤੁਸੀਂ ਦੂਸਰੇ ਸਬਜੈਕਟ ਦੀ ਨੇਚਰ ਜਿਸ ਨਾਲ ਮਿਲਦੀ ਹੈ ਉਹ ਦੇਸ ਦੇਹੋ ਸੋ ਮੇਰੇ ਖਿਆਲ ਤੁਹਾਨੂੰ ਸੋਸ਼ਲ ਸਾਇੰਸ ਹੀ ਚੂਜ਼ ਕਰਨਾ ਪਏਗਾ ਸਮੱਸਿਆ ਇਹ ਹੈ ਕਿ ਤੁਸੀਂ 60 ਕਿਹੜੇ ਕੁਐਸਚਨ ਦੇ ਆਨਸਰ इजीली ਦੇ ਸਕਦੇ ਹੋ ਜੇਕਰ ਤੁਸੀਂ ਮੈਥ ਸਾਇੰਸ ਦੇ ਦੇ ਸਕਦੇ ਹੋ ਤੇ ਮੈਥ ਸਾਇੰਸ ਨੂੰ ਚੂਜ਼ ਕਰ ਸਕਦੇ ਹੋ ਨਾ ਦੂਸਰਾ ਸਬਜੈਕਟ ਕਿਹੜਾ ਪੜਿਆ ਹੈ ਫਿਰ ਉਹੀ ਗੱਲ ਆਉਂਦੀ ਹੈ ਹੈਲੋ ਸਰ ਮੇਰੀ ਗ੍ਰੈਜੂਏਸ਼ਨ ਜੀ ਬੀਬੀਏ ਹੈ ਤੇ ਮੈਂ ਬੀਐਡ ਵਿੱਚ ਕਮਰਸ ਤੇ ਇੰਗਲਿਸ਼ ਲਈ ਹੈ ਮੇਰੇ ਲਈ ਪੀਐਸਟੈਟ ਦੇ केडी ऑप्शन ਹੋਏਗੀ देखो कॉमर्स सोशल साइंस ਵਿੱਚ ਆਂਦੀ ਹੈ ਔਰ ਕਮਰਸ ਵਾਲੇ ਡਾਇਰੈਕਟਲੀ ਪੀਐਸਟੈਟ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜੇ ਸਕੂਲ ਵਿੱਚ ਟੀਚਰ ਬਣਨਾ ਚਾਹੁੰਦੇ ਨੇ ਤੇ ਇਹਨਾਂ ਨੂੰ ਕਰਨਾ ਪਏਗਾ ਸੋਸ਼ਲ ਸਾਇੰਸ ਗ੍ਰੈਜੂਏਸ਼ਨ ਵਿੱਚ एलिजिਬਿਲਟੀ ਬਣਾਣੀ ਪੈਗੀ ਉਹਦੇ ਲਈ ਪੋਲੀਟੀਕਲ ਸਾਇੰਸ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਇਹਨਾਂ ਚੋਂ ਹਨਾ ਸੋਸ਼ੀਓਲੋਜੀ ਫਿਲਾਸਫੀ ਹੈ ਰਿਲੀਜੀਅਸ ਸਟਡੀ ਹੈ ਇਹਨਾਂ ਜੋ ਦੋ ਸਬਜੈਕਟ ਐਡੀਸ਼ਨਲ ਕਰਨੇ ਪੈਣਗੇ ਸੋ ਤੁਹਾਨੂੰ ਜੇ ਤੁਸੀਂ ਭਰਨਾ ਹੈ ਤਾਂ ਡਾਇਰੈਕਟ ਗਾਈਡੈਂਸ ਹੈ ਕਿ ਤੁਸੀਂ ਐਸਐਸਟੀ ਭਰ ਕੇ ਹੀ ਕਰੋ ਕਿਉਂਕਿ ਤੁਸੀਂ ਮੈਕਸਿਮਮ ਐਲੀਜੀਬਿਲਟੀ ਤੁਹਾਡੀ ਸੋਸ਼ਲ ਸਾਇੰਸ ਲਈ ਸਕੂਲ ਲੈਵਲ ਤੇ ਬਣਦੀ ਹੈ ਹੋਰ ਕੋਈ ਕੁਐਸਚਨ ਜੇ ਹੈ ਤਾਂ ਦੇਖ ਲੈਣੇ ਹਾਂ ਇੱਥੇ ਹੈ ਸਰ ਜੀ ਮੈਂ ਪੀਐਸਟੈਟ ਦੇ ਐਗਜ਼ਾਮ ਦੇ ਸਕਦੀ ਹਾਂ ਸੈਕੰਡ ਸੈਮ ਚੱਲ ਰਿਹਾ ਹੈ ਤੇ ਮੈਨੂੰ ਪੰਜਾਬੀ ਐਡੀਸ਼ਨਲ ਦਾ ਐਗਜ਼ਾਮ ਵੀ ਦੇਣਾ Uh, पैना है बिकॉज uh, सर मैं ग्रैजुएशन तीन साल इलैक्टिव हिंदी की है सर बी एड गौमेंट कॉलेज एजुकेशन जलंधर uh, तो कर रही हाँ तो हिंदी उत uh, हिंदी नहीं है इसलिए मैं पंजाबी रखी है uh, पै है टैल मी सर मैं पी एस टैट दे सक पी एस टैट दे सकते हो क्योंकि तुसी बी एड कर रहे हो मैक्सीम सूटेबल सब्जेक्ट कहें हिंदी की गल की है स्ट्रीम की गल नहीं की सोशल सैंस बनती है ਮੇਰੇ ਖਿਆਲ ਚ ਨਹੀਂ ਕਿਤੇ ਵੀ ਆਇਆ ਤੁਹਾਡਾ ਨਹੀਂ ਹੈ ਹੈਨਾ ਸੋ ਸਟ੍ਰੀਮ ਤੁਸੀਂ ਚੂਜ਼ ਕਰ ਲਈ ਹੈ ਹਿੰਦੀ ਲਈ ਵੀ ਐਲੀਜੀਬਲ ਤੁਸੀਂ ਇਸੇ ਤਰ੍ਹਾਂ ਹੋਗੇ ਕਿ ਹਿੰਦੀ ਦੀ ਪੰਜਾਬ ਗਵਰਨਮੈਂਟ ਨੇ ਕੋਈ ਆਪਸ਼ਨ ਨਹੀਂ ਦਿੱਤੀ ਹੋਈ ਸੰਸਕ੍ਰਿਤ ਤੇ ਉਰਦੂ ਦੀ ਦਿੱਤੀ ਹੋਈ ਹੈ ਸੋ ਤੁਸੀਂ ਸੀਡੀਪੀ ਪੰਜਾਬੀ ਇੰਗਲਿਸ਼ ਤੇ ਸਟਰੀਮ ਮੰਨ ਲਓ ਸੋਸ਼ਲ ਸਾਇੰਸ ਲੈ ਕੇ ਤੁਸੀਂ ਇਹਦੇ ਲਈ ਐਲੀਜੀਬਲ ਹੋ ਜਾਓਗੇ ਸਰ ਸੈਕਿੰਡ ਸੈਮ ਵਾਲਿਆਂ ਦਾ ਪੀਐਸਟੈਟ ਵੈਲਿਡ ਹੋਏਗਾ ਜਾਂ ਨਹੀਂ ਬਿਲਕੁਲ ਹੋਏਗਾ ਜਾਂ ਸਿਰਫ ਟ్రਾਇਲ ਚ ਹੀ ਨਹੀਂ ਬਿਲਕੁਲ ਕੋਸ਼ਿਸ਼ ਕਰੋ ਮੈਕਸਿਮਮ ਗੇਨ ਕਰਨ ਦੀ ਕੋਸ਼ਿਸ਼ ਕਰੋ ਤਿਆਰੀ ਕਰਕੇ ਪੇਪਰ ਦਿਓ ਇਦਾਂ ਨਹੀਂ ਡਿਸਕਰੇਜ ਨਹੀਂ ਹੋਣਾ ਸਰ ਮੈਂ ਬੀਏ ਵਿੱਚ ਹਿਸਟਰੀ ਪੋਲੀਟੀਕਲ ਸਾਇੰਸ ਇਲੈਕਟਿਵ ਪੰਜਾਬੀ ਪੜ੍ਹੀ ਹੈ ਤੇ ਮੇਰੇ ਸਬਜੈਕਟ ਐਸਐਸਟੀ ਤੇ ਪੰਜਾਬੀ ਹਨ ਮੇਰੇ ਲਈ ਕੀ ਡੀ ਐਮਏ ਕਰਨਾ ਵਧੀਆ ਐਮਏ ਕਰਨਾ ਵਧੀਆ ਰਹੇਗਾ ਫਿਊਚਰਲੀ ਲੈਕਚਰਰਲੀ ਕੋਲੇ ਲੈਵਲ ਲਈ ਵੀ ਔਰ ਹੈਲਪ ਜੇ ਤੁਸੀਂ ਸਿੰਗਲ ਚ ਜਾਣਾ ਚਾਹੁੰਦੇ ਹੋ ਹਿਸਟਰੀ ਪੋਲੀਟੀਕਲ ਸਾਇੰਸ ਇਲੈਕਟਿਵ ਪੰਜਾਬੀ ਕਿਉਂਕਿ ਇਹ ਇਲੈਕਟਿਵ ਪੰਜਾਬੀ ਟੀਚਿੰਗ ਆਫ ਪੰਜਾਬੀ ਤੁਸੀਂ ਪੜਿਆ ਹੋਏਗਾ ਔਰ ਐਮਏ ਪੰਜਾਬੀ ਕੀਤੀ ਹੋਏਗੀ ਤੁਸੀਂ ਪੀਜੀਟੀ ਪੰਜਾਬੀ ਲਈ ਐਲੀਜੀਬਲ ਹੋ ਜਾਓਗੇ ਤੁਹਾਨੂੰ ਜ਼ਿਆਦਾ ਐਡੀਸ਼ਨਲ ਨਹੀਂ ਕਰਨੇ ਪੈਣਗੇ ਇੱਥੇ ਤੁਹਾਨੂੰ ਐਸਐਸਟੀ ਲਿਆ ਹੋਏਗਾ ਤੁਸੀਂ ਆਲਰੇਡੀ हिस्ट्री ਦੇ ਪੋਲੀਟੀਕਲ ਸਾਇੰਸ ਦੇ ਨਾਲ ਪਰ ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਲਈ ਪਲੱਸ 12 ਲਈ ਪੜਾਉਣਾ ਚਾਹੁੰਦੇ ਹੋ ਫਿਰ ਪੋਲੀਟੀਕਲ ਸਾਇੰਸ ਦੀ ਪੈਡਾਗੋਜੀ ਕਰਨੀ ਪੈਗੀ ਤੇ ਪੋਲੀਟੀਕਲ ਸਾਇੰਸ ਦੀ ਐਮਏ ਕਰਨੀ ਪੈਗੀ ਇਧਰ ਜਾਂ ਹਿਸਟਰੀ ਦੀ ਐਮਏ ਕਰਕੇ ਪੈਡਾਗੋਜੀ ਆਫ ਹਿਸਟਰੀ ਪੜ੍ਹਨੀ ਪੈਗੀ ਸੋ ਇੱਥੇ ਪੈਡਾਗੋਜੀ ਐਕਸਟਰਾ ਸਬਜੈਕਟ ਕਰਨਾ ਪੈਣਾ ਆ ਪੰਜਾਬੀ ਵਿੱਚੋਂ ਨਹੀਂ ਕਰਨਾ ਪੈਣਾ ਦੈਟ ਇਜ਼ ਵਾਈ ਪੰਜਾਬੀ ਲਈ ਜਲਦੀ एलिजिਬਲ ਹੋ ਜਾਓਗੇ ਇਸ ਤੋਂ ਇਲਾਵਾ ਤੁਹਾਡਾ ਟੇਸਟ ਕੀ ਹੈ ਉਹ ਵੀ ਡਿਪੈਂਡ ਕਰੇਗਾ ਸੋ ਇਹ ਕੁਝ ਕੁਐਸਚਨਸ ਹਨ ਕੁਐਸਚਨਾਂ ਦੇ ਆਨਸਰਸ ਹਨ ਸੋ ਅਗਲੀ ਵੀਡੀਓ ਚ ਦੱਸਦਾ ਹਾਂ ਕਿ ਤਿਆਰੀ ਕਿਵੇਂ ਕਰਨੀ ਹੈ ਬੜਾ ਕੰਪਲੈਕਸ ਸਿਸਟਮ ਹੈ ਸੋ ਵੀਰ ਦੀ ਤਿਆਰੀ ਕਿੱਦਾਂ ਕਰ ਸਕਦੇ ਹਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖ ਸਕਦੇ ਹਾਂ ਉਹਦੀ ਗੱਲ ਕਰਦੇ ਹਾਂ ਨੈਕਸਟ ਵੀਡੀਓ ਚ ਡਾਕਟਰ ਤੀਰਤ ਸਿੰਘ ਲਰਨ ਟੂ ਐਕਚੁਅਲਾਈਜ਼